वालेकुम दोस्तों आप देख रहे हैं यूट्यूब चैनल फार्मिंग बिजनेस आइडियाज़ इस वक्त हम ज़िला गुजरात में मौजूद हैं और यहाँ बहुत ही खूबसूरत देसी बकरियाँ हैं तो चलें आइन के मालिक से इन बकरियों के बारे में मुकम्मल मालूम हासिल करते हैं इंटरव्यू शुरू करने से पहले अगर आपने हमारे चैनल को सब्सक्राइब नहीं किया तो प्लीज़ सब्सक्राइब कर दें ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅੰਕਲ ਜੀ ਕੀ ਹਾਲ ਹੈ ਖੈਰ ਸ਼ੁਕਰ ਅਲਹਮਦੁਲਿਲਾ ਸ਼ੁਕਰ ਜਨਾਬ ਦਾ ਕੀ ਨਾਮ ਹੈ ਅਬਦਾ ਰੌਫ ਰੌਫ ਸਾਹਿਬ ਕਿਹਸਾ ਲਾਕੇ ਤੂੰ ਤਲਕੇ ਗੁਜਰਾਤ ਮਾਸ਼ਾਅੱਲਾ ਸਰ ਤੁਹਾਨੂੰ ਵੀ ਕਾਫੀ ਰੂਪ ਚੜਿਆ ਹੈ ਤੇ ਜਾਨਵਰ ਵੀ ਬੜੇ ਸੋਹਣੇ ਨਜ਼ਰ ਆਉਂਦੇ ਨੇ ਪੇ ਉਹਨਾਂ ਨੂੰ ਵੀ ਕਾਫੀ ਰੂਪ ਚੜਿਆ ਹੈ ਦੋਸਤਾਂ ਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਅਰਸੇ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਪੇ ਬੱਕਰੀਆਂ ਹੋਇਆ ਕਿ 25 ਸਾਲ ਤੋਂ ਮਨੂ ਹੋ ਗਏ ਨੇ ਤੇ ਉਹਨਾਂ ਸਾਡੇ ਵੱਡੇ ਵੱਡੇ ਦੇ ਜਿਹੜੇ ਨੇ ਸਾਰੀ ਉਮਰ ਹੀ ਅਛੋ ਵੀਆ ਕੰਮ ਕਰਦੇ ਰਹੇ ਬੱਕਰੀਆਂ ਹੀ ਰਖਦੇ ਲਿਆ ਠੀਕ ਹੈ ਤੇ ਸਾਰੇ ਜਿਹੜਾ ਤੁਹਾਡਾ 5 ਸਾਲ ਦਾ ਤਜਰਬਾ ਉਹ ਕਿਸ ਤਰ੍ਹਾਂ ਦਾ ਰਿਹਾ ਇਸ ਕੰਮ ਤੋਂ ਕੀ ਸਿੱਖਿਆ ਯੰਕੀ ਹਸਲ ਕੀਤਾ ਹੈ ਇਸ ਕੰਮ ਵਿੱਚ ਪਾਇ ਮਿਹਨਤ ਹੈ ਆਪਣੇ ਤੇ ਮਿਹਨਤ ਕਰੀਏ ਅੱਲਾ ਪਾਕ ਬੜਾ ਕੋਈ ਦੰਦਾ ਸਾਡਾ ਕੰਮ ਹੈ ਸਵੇਰੇ ਇਹਨਾਂ ਨੂੰ ਬਾੜ ਲਿਆਉਣਾ ਜਗਾਚ ਉਹ ਪਾਣੀ ਢਾਕ ਦਰਖਤ ਵਾਡੋ ਵਾ ਤੇੜ ਪਰ ਆ ਕੇ ਖੜਨਾ ਜੀ ਜੀ ਆਪਣੇ ਆਪ ਨੂੰ ਕਸਰ ਲਵਾ ਲੈਣੇ ਮੋਲ ਨੂੰ ਕਸਰ ਮੋਲ ਨੂੰ ਕਸਰ ਨਹੀਂ ਤੇ ਸਰ ਤੁਸੀਂ ਇੰਨੀ ਇਹਨਾਂ ਦੀ ਸੇਵਾ ਕਰਦੇ ਹੋ ਉਹਨਾਂ ਨੂੰ ਕਸਰ ਵੀ ਨਹੀਂ ਲਵਾਉਂਦੇ ਆਪਣੇ ਆਪ ਨੂੰ ਕਸਰ ਲੱਗ ਜਾਂਦੀ ਏ ਤੇ ਫਿਰ ਮਾਲ ਜਿਹੜਾ ਤੁਹਾਨੂੰ ਕੀ ਕੋਈ ਫਾਇਦਾ ਦਿੰਦਾ ਹੈ ਕੀ ਕੋਈ ਬਚਤ ਦਿੰਦਾ ਹੈ ਸਾਨੂੰ ਮਾਸ਼ਾਅੱਲਾ ਫਾਇਦਾ ਬੜਾ ਦਿੰਦਾ ਭਾਈ ਸਾਡਾ ਮਾਲ ਸਿਰੇ ਚੜਦਾ ਸਾਨੂੰ ਫਾਇਦਾ ਹੀ ਫਾਇਦਾ ਦਿੰਦਾ ਠੀਕ ਹੈ ਜੀ ਤੇ ਦੋਸਤਾਂ ਨੂੰ ਦੱਸੋ ਹਾਂ ਕਿ ਇਹ ਮਾਲ ਤੋਂ ਮਹੀਨੇ ਦੀ ਜਾਂ ਸਾਲ ਦੀ ਕਿੰਨੀ ਕੋਈ ਬਚਤ ਹੋ ਜਾਂਦੀ ਹੈ ਤੁਹਾਨੂੰ ਸਾਲ ਦੇ ਲੈ ਲੈ ਵੇਚ ਕੇ ਬਚਤ ਲੈਣਿਆ ਕੋਈ 3 ਲੱਖ ਲਾ ਲੀਏ 4 ਲਾ ਲੀਏ 5 ਲਾ ਲੀਏ ਇਹ ਲੈ ਲਿਆ ਤੂੰ ਲੈ ਲਿਆ ਠੀਕ ਹੈ ਵਿੱਚ ਜਿਹੜਾ ਕੰਮ ਹੈ ਬੱਕਰੀ ਕੋਈ ਲੈ ਲਈ ਕੋਈ ਲੰਦਾ ਹੀ ਰਹਿੰਦਾ ਬੰਦਾ ਕੋਈ ਨਾ ਕੋਈ ਲੋੜ ਨਾ ਤੋ ਦੇ ਰੱਖੀ ਦੀ ਠੀਕ ਹੈ ਯਾਨੀ ਕਿ ਆਮ ਰੂਟੀਨ ਚ ਤੁਸੀਂ ਬੱਕਰੀ ਵਗੈਰਾ ਵੇਚ ਕੇ ਉਹ ਆਪਣਾ ਨਿਜ਼ਾਮ ਚਲਾ ਲਿੰਦੇ ਹੋ ਤੇ ਸਾਲ ਬਾਅਦ ਇਕੱਠੀ ਰਕਮ ਵੀ ਮਿਲ ਜਾਂਦੀ ਹੈ ਠੀਕ ਹੈ ਸਰ ਕਾਫੀ ਇੰਟਰਵਿਊ ਕੀਤੇ ਨੇ ਤੇ ਹਰ ਇੱਕ ਬੰਦੇ ਦਾ ਆਪਣਾ ਤਜਰਬਾ ਹੈ ਤੇ ਕਾਫੀ ਜ਼ਿਆਦਾ ਦੋਸਤ ਹੈ ਕੰਮ 'ਚ ਜਿਹੜਾ ਨਾ ਕਾਮਯਾਬ ਵੀ ਨੇ ਤੇ ਨਵੇਂ بڑے ਦੋਸਤ ਹੈ ਕੰਮ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਫਿਰ ਦੱਸੋ ਹਾਂ ਕਿ ਇਹ ਜਿਹੜਾ ਕੰਮ ਹੈ ਕਿਹੜਾ ਬੰਦਾ ਹੈ ਕੰਮ ਵਿੱਚ ਕਾਮਯਾਬ ਹੋਏ ਦਾ ਤੇ ਕਿਹੜਾ ਬੰਦਾ ਇਸ ਕੰਮ ਵਿੱਚ ਨਕਾਮ ਹੈ ਬੰਦਾ ਕਾਮਯਾਬ ਭਾਈ ਹੋਈ ਹੋਵੇ ਜਿਹੜਾ ਮਾਲ ਲੈ ਕੇ ਉਹਦੇ ਨਾਲ ਤੇ ਉਹਦੀ ਸੇਵਾ ਕਰੇ ਸੇਵਾ ਵਿੱਚ ਮਿਹਨਤ ਕਰੇਦਾ ਅੱਲਾਹ ਦੀ ਜਾਤ ਉਹਨੂੰ ਫਾਇਪ ਪਾਏ ਦੀ ਦੇ ਤੋ ਸੇਵਾ ਕੀ ਇਸकी ਸਮਝ ਕਰੇ ਸੇਵਾ ਉਹਦੀ ਹੈ ਇਹ ਭਾਈ ਉਹਨੂੰ ਪੋਖਣਾ ਆਵਣ ਦੇ ਆੜ ਪਰਿਵਾਰ ਦੀ ਪਰਵਰਸ਼ ਕਰੇ ਫਿਰ ਜਾਨਵਰ ਨਾ ਜਾਨਵਰ ਬਣਾ ਦੇ ਤੇ ਜਾਨਵਰ ਬਚੇਦਾ ਜੀ ਜੀ ਕੁਛ دوست ਕਹਿੰਦੇ ਨੇ ਕਿ ਬਾਹਰ ਬકરી ਤੇ ਕਿੱਲੇ ਤੇ ਲੱਕੜੀ ਜੀ ਤੇ ਕੀ ਸਦਾਕਾ ਤੇ ਇਹ ਜਿਹੜਾ ਮਾਲ ਏ ਅਗਰ ਇਹਦੇ ਤੋਂ ਬੱਚੇ ਤੇ ਲੈਣੀ ਏ ਤੇ ਇਹਨਾਂ ਦੀ ਫਿਰ ਸੇਵਾ ਬਾਹਰ ਫੇਰ ਟੋਰ ਕੇ ਕਰਨੀ ਏ ਜਾਂ ਕਿ ਆਪਣੇ ਫਾਰਮ ਤੇ ਕਰਨੀ ਏ ਪਾਏ ਫਾਰਮ ਤੇ ਸਾਡੇ ਕੋਲ ਨਹੀਂ ਹੁੰਦੇ ਜਿਸੇ 4 ਮੀਲ ਪੈਂਡਾ ਨਾ ਨਾ ਕਰੇ ਇਹ ਨਹੀਂ ਬਚਦੀ ਬਾੜ ਪਾਜ ਦੌੜ ਆਵੇ ਨਾ 4 ਮੀਲ ਤੇ ਇਹਨੂੰ ਭੁੱਖ ਤੇ ਭੋਲੇ ਦੀ ਨਹੀਂ ਹੁੰਦੀ ਆ ਚਲੋ ਜੇ ਕੋਈ ਕਾਟਾ ਵਾਦਾਵੇ ਤਾਂ ਕਰ ਪਾ ਲੀਦਾ ਠੀਕ ਹੈ ਜੀ ਯਾਨੀ ਕਿ ਚਰਾਇਤਿਆ ਜਾਨਵਰ ਖੁਸ਼ ਰਹਿੰਦਾ ਖੁਸ਼ ਰਹਿੰਦਾ ਮਾਸ਼ੱਲਾ ਜਿਹੜਾ ਬਰੀਡਰ ਏ ਸਾਹਮਣੇ ਨਜ਼ਰ ਆ ਰਿਹਾ ਹੈ ਬਰੀਡਰ ਤੁਸੀਂ ਸੋਹਣਾ ਤਿਆਰ ਕੀਤਾ ਹੈ ਖੂਬਸੂਰਤੀ ਵੀ ਅਧੀ ਕਾਫੀ ਜ਼ਿਆਦਾ ਹੈ ਸੋਹਣਾ ਦਾ ਵਜੂਦ ਏ ਸੋਹਣੇ ਦੇ ਕੰਨ ਨੇ ਮਾਸ਼ੱਲਾ ਨਕੋੜਾ ਵੀ ਕਾਫੀ ਅਚਾ ਹੈ ਤੇ ਦੋਸਤਾਂ ਨੂੰ ਦੱਸੋ ਹਾਂ ਜਿਹੜਾ ਛੱਬ ਬਰੀਡਰ ਏ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਨਿਸ਼ਾਨੀਆਂ ਅੱਛੀਆਂ ਆਏ ਭੀ ਰੰਗ ਸਿਹਰਾ ਸੀ ਨਾ ਕੋਈ ਭੱਲਾ ਇਹਦਾ ਤੇ ਬੱਲੇ ਨਹੀਂ ਆਵੇ ਬਾਕੀ ਦਾ ਸਨਾਪ ਪੂਰਾ ਸਨਾਪ ਕਿਹਨੂੰ ਕਹਿੰਦੇ ਹੋ ਸਨਾਪ ਐ ਸ਼ੋ ਸ਼ਾ ਡੈਕੋਰੇਸ਼ਨ ਅੱਛਾ ਜੀ ਕੰਨ ਚੰਗੇ ਦੇਖੋ ਨਾ ਬੇਲ ਵਾਲਾ ਰੋਕੜਾ ਕਿਦਾ ਸਾਰਾ ਸਹੀ ਜੀ ਜੀ ਇਹ ਸੋਨ ਤੇ ਆਵੇ ਡੈਕੋਰੇਸ਼ਨ ਦੀ ਆਵੇ ਤੇ ਦੋਸਤਾਂ ਨੂੰ ਥੋੜਾ ਹੋਰ ਦੱਸੋ ਹਾਂ ਕਿ ਜਿਹੜੇ ਸਿੰਘ ਨੇ ਅਦਾ ਜਿਹੜਾ ਮੂੰਹ ਮੱਥਾ ਹੈ ਜਿਹੜੇ ਕੰਨ ਨੇ ਜਿਹੜਾ ਵਜੂਦ ਹੈ ਉਹ ਕਿਸ ਕਿਸਮ ਦਾ ਹੋਏ ਅਪੁੰਜੇ ਆ ਜਾਵੇ ਕਸਿਆ ਤੇ ਕਿੰਨੀ ਉਮਰ ਦਾ ਬ੍ਰੀਡਰ ਤੁਸੀਂ ਜਿਹੜਾ ਨਾ ਤੇ ਇਹਨਾਂ ਬੱਕਰੀਆਂ ਨੂੰ ਕਰਾਸ ਕਰਨ ਵਾਸਤੇ ਰੱਖਦੇ ਕਰਾਸ ਕਰਨ ਵਾਸਤੇ ਪਾਈ ਅਸੀਂ ਸਾਲ ਤੇ ਸਵਾ ਸਾਲ ਦਾ ਛੱਡਨੇ ਆ ਬੱਚਾ ਨਹੀਂ ਨਿਕਾ ਛੱਡਦੇ ਸੀ ਹੂੰ ਕਿਉਂ ਪੂਰਾ ਅੰਦਾ ਬੱਕਰੀਆਂ ਠਾਲ ਦਿਆਂ ਨਹੀਂ ਖਲੋਂਦੀਆਂ ਨਹੀਂ ਆ ਠੀਕ ਹੈ ਤੇ ਕਿੰਨੇ ਸਾਲ ਤੁਸੀਂ ਫੇਰ ਇੱਕ ਜਿਹੜਾ ਬਰੀਡਰ ਏ ਉਹਦੇ ਕੋਲ ਬੱਕਰੀਆਂ ਕਰਾਸ ਕਰਾਉਂਦੇ ਹੋ ਬੱਕਰੀਆਂ ਆਹ ਸਾ ਉਹ ਜਿਹੜਾ ਇੱਕ ਹੁੰਦਾ ਨਾ ਉਹ ਆਈ ਬੜੀ ਗੱਲ ਏ ਤੇ ਸਾਲ ਨਹੀਂ ਤੇ ਦੇਟ ਕਿਉਂ ਵਿੱਚ ਮਾਵਾਂ ਧੀਆਂ ਭੈਣਾਂ ਆ ਜਾਂਦੀਆਂ ਬਦਲੀ ਕਰੀ ਜਾਂਦੀ ਅੱਛਾ ਜੀ ਇਹ ਵੀ ਸਰਬੜੀ ਸੁਣੀ ਗੱਲ ਕੀਤੀ ਏ ਇਨੀ ਕਿ ਸਾਲ ਬਾਅਦ ਤੁਸੀਂ ਬਦਲੀ ਕਰਦੇ ਹੋ ਕਰਬਾਨੀ ਤੇ ਦੇਸੜਨਾ ਲੈ ਲੈ ਸਾਡੇ ਕੋ ਤਰੋਕੇ ਹੈ ਅਸੀਂ ਦੇਸੜੇ ਨੇ ਆ ਲੈਲਾ ਚੰਗਾ ਸੀ ਢੋਕਰਾ ਕੀਤਾ ਚੰਗਾ ਅਸੀਂ ਆਖਿਆ ਦੀ ਨਸਲ ਪਾਈਏ ਦੂਇਆ ਦੇ ਸਾਡੇ ਨੇ ਜੀ ਜੀ ਤੇ ਆ ਜਿਹੜਾ ਬਰੀਡਰ ਘਰ ਦਾ ਤਿਆਰ ਕਰਦੇ ਹੋ ਜੀਆ ਘਰ ਦਾ ਬਰੀਡਰ ਤਿਆਰ ਕਰਨਾ ਵੀ ਇੱਕ ਮੁਸ਼ਕਲ ਕੰਮ ਹੈ ਜੀ ਜਿਹੜੇ ਦੋਸਤ ਘਰ ਦਾ ਬਰੀਡਰ ਤਿਆਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦੱਸੋ ਕਿ ਦੀ ਤਿਆਰੀ ਕਿੰਜ ਮਮਕਨ ਹੈ ਤਿਆਰੀ ਹੋਵੇ ਪਾਈ ਦੁੱਧ ਸੋ ਤੋਂ ਉਹਨਾਂ ਪਾਣਾ ਦਾਣਾ ਖਰਾਕ ਉਹਦੇ ਕਰੂ ਇਹ ਸਾਡੇ ਵਾਸਤੇ ਫਕੀਰ ਹੈ ਇਹਦੇ ਘਰ ਵਿੱਚ ਖਰਾਕ ਪਾਣੀ ਤੇ ਬਾਹਰ ਵਿੱਚ ਦਾ ਧਿਆਨ ਕਰੀਂ ਤੇ ਇਹਨੇ ਜਿਹੜੀ ਹੋਰਾਕੇ ਉਹ ਅਜੀ ਹਰਾਕ ਤੇ ਦੂਸਰੇ ਜਾਨਵਰਾਂ ਦੀ ਹੋਰਾਕ ਵਿੱਚ ਕੋਈ ਫਰਕ ਹੈ? ਜਾਂ ਇਹਦੇ ਖਰਾਕ ਦਾ ਤੇ ਦੂਜਿਆਂ ਦੇ ਦਾ ਫਰਕ ਹੈ? ਕੀ ਫਰਕ ਹੈ? ਇਹਦੇ ਖਰਾਕ ਐਸੀ ਪਾਨਿਆ ਗਰਮ। ਬੱਕਰੀਆਂ ਚ ਗਰਮ ਰੋਵੇ ਦਾ ਤੇ ਬੱਕਰੀਆਂ ਜਿਹੜੀਆਂ ਸਾਡੀਆਂ ਦਰਦੀਆਂ ਰਹਿੰਦੀਆਂ ਨੇ। ਗਰਮ ਹੋਰਾਕ ਗੰਦਮ ਦੇ ਦਾਣੇ ਨੇ ਜਾਂ ਕੋਈ ਹੋਰ ਚੀਜ਼ ਹੈ? ਗੰਦਮ ਦੇ ਦਾਣੇ। ਤੇ ਕਿਹਨਾਂ ਦੀ ਇਸਤੇਮਾਲ ਕਰਾਂਦੇ ਆਂ ਅੱਜਕੱਲ੍ਹ ਗਰਮੀ ਚ? ਉਹ ਗਰਮੀ ਚ ਪਾਏ ਪਾਣੀ-ਸ਼ਾਣੀ-ਸ਼ਾਮੀ ਦਾਣੇ ਆ ਨਾ। ਪਾਣੀ ਦਾਗੇ ਦਾਣਾ ਖਵਾ ਕੇ ਤੇ ਪਰਾ ਅੰਦਰ ਵਾਟੜ ਜਾਂ ਜਾਂ ਨੂੰ ਬਾਂ ਸਰਦੇ। ਪਾਣੀ ਨਾ ਪੀਵੇ ਤੂੰ ਦਾਣਾ ਖਾ ਕੇ ਪਾਣੀ ਪੀਵੇ ਉਹ ਵੀ ਦਾਰਨ ਦਾ ਖਤਰਾ ਨਾ ਉਹ ਜੰਮੀ ਕਾਠਾਕਾ ਠੀਕ ਹੈ ਅੰਦਰ ਫੋਲੇ ਜਾਂਦਾ ਛੋੜਕਾ ਲਾ ਜਾਂਦਾ ਭਾਰੂ ਜਾਂਦਾ ਰਹਿੰਦਾ ਠੀਕ ਹੈ ਸੁੱਕੀ ਰੋਟੀ ਖਾਏ ਉਹਦੇ ਤੇ ਵੀ ਭਾਰੂ ਜਾਂਦਾ ਰਹਿੰਦਾ ਆਪੂ ਜਿਹੜੀ ਰੋਟੀ ਤੁਸੀਂ ਖੁਦ ਖਾਂਦੇ ਉਹ ਤੋਂ ਕੋਈ ਮਸਲਾ ਨਹੀਂ ਹੈ ਸੁੱਕੀ ਰੋਟੀ ਵੀ ਨਹੀਂ ਪਾਣੀ ਸੁੱਕੀ ਵੀ ਨਹੀਂ ਪਾ ਤੇ ਇਹ ਜਿਹੜਾ ਤੁਸੀਂ ਇਹਨੂੰ ਕਪੜਾ ਚਾੜਿਆ ਤਾਂ ਕੀ ਮਕਸਦ ਹੈ ਇਹਦਾ ਮਕਸਦ ਹੈ ਵਾ ਕੋਈ ਭੱਜ ਕੇ ਬੱਕਰੀ ਨਾ ਖਰਾਬ ਕਰੇ ਕਿ ਤੁਸੀਂ ਫਿਰ ਬੱਕਰੀਆਂ ਕਿਹੜੇ ਮੌਸਮ ਚ ਬੰਨ ਲਵਾਂਦੇ ਹੋ ਐਸੇ ਮੌਸਮ ਇਦਾਂ ਲਵਾਨੇ ਹੁਣ ਇਹ ਪਾਧਰਾ ਨਹੀਂ ਆ ਅੱਜ ਪਾਧਰਾ ਇਸ ਮੌਸਮ ਕਰਾਵਾਂ ਦੇ ਤੇ ਪੋ ਮਾਚ ਜਾ ਕੇ ਸੌਂਦੇ ਅੱਜ ਮਾਚ ਤੇ ਸੁਬ੍ਹਾ ਸਾਲ ਚ ਕਲੀਂਦੇ ਹੋ ਜਾਂ ਦੋ ਲੀਂਦੇ ਹੋ ਇੱਕ ਕੁਛ ਦੋਸਤ ਕਹਿੰਦੇ ਨਹੀਂ ਦੋ ਸੁਵੇ ਲੀਂਦੇ ਆ ਨਹੀਂ ਦੋ ਸੁਵੇ ਲੈਣ ਆ ਪਾੜੂ ਨਹੀਂ ਜਾਂਦਾ ਕਿਉਂ ਕਮਜ਼ੋਰ ਹੋ ਜਾਂਦਾ ਪਰ ਵੈਸੇ ਨਹੀਂ ਹੁੰਦੀ ਹੈ ਤੇ ਜਿਹੜੀ ਚੰਗੀ ਬੱਕਰੀ ਏ ਸੋਹਣੀ ਬੱਕਰੀ ਏ ਜੀ ਨਵੇਂ ਦੋਸਤ ਖਰੀਦਣਾ ਚਾਹਦੇ ਨੇ ਉਹਨਾਂ ਨੂੰ ਤੇ ਅੰਦਾਜ਼ਾ ਹੀ ਨਹੀਂ ਨਾ ਕਿ ਜਿਹੜੀ ਸਹੀ ਬੱਕਰੀ ਉਹਦੀ ਕੀ ਪਛਾਣ ਹੈ ਉਹਦੀ ਕੋਈ ਨਿਸ਼ਾਨੀਆਂ ਦਾ ਛੜੋਹਾਂ ਕਿ ਉਹਨਾਂ ਨੂੰ ਬੱਕਰੀ ਅੱਛੀ ਮਿਲ ਜੇ ਬੱਕਰੀ ਉਹਨਾਂ ਨੇ ਪਸੰਦ ਆਈ ਦੀ ਗੱਲੇ ਲਾਲਾ ਜੀ ਉਹਨਾਂ ਨੇ ਪਸੰਦ ਆਵੇ ਜਿੱਕਨ ਦੀ ਬੱਕਰੀ ਹੋਵੇ ਉਹਨਾਂ ਦੀ ਉਹਨਾਂ ਨੂੰ ਅਸੀਂ ਦੇ ਦੇਣੇ ਆ ਤੇ ਸ਼ੇਰੀਆਂ ਭੱਲੀਆਂ ਬੱਕਰੀਆਂ ਜਿਹੜੀਆਂ ਨੇ ਨਾ ਇਹ ਅੱਛੀ ਤਾਂ ਸ਼ੌਕ ਜ਼ਿਲੇ ਦੇ ਜਰਾ ਦਾ ਆਦਾ ਰਹਦੇ ਔਰ ਬਾਜੜੇ ਨਾ ਆਪਣੇ ਆਪਣੇ ਸ਼ੌਕ ਨੇ ਰੰਗ ਨੇ ਅੱਲਾ ਦੇ ਆਪਣੇ ਕਿਸੇ ਚੀਨੀਆ ਕਿਸੇ ਦਬੀਆਂ ਕਿਸੇ ਕਾਰੀਆਂ ਕੋ ਕਹੇ ਜੀ ਜੀ ਸਾਢੇ ਜੇ ਲੈ ਕੇ ਗਜਰਾਤ ਆਇਆ ਮਾਲ ਤੇ ਜਿੱਧਰ ਜਾਵੇਂ ਨਾ ਜਿੱਧਰ ਵੀ ਤੁਜੀ ਲੋਕ ਸਾਨੂੰ ਪੇ ਪੁੱਛਦੇ ਨੇ ਭਾਈ ਮਾਲ ਕਿਥੋਂ ਆਇਆ ਆਖਾ ਜੇ ਲੈ ਕੇ ਗਜਰਾਤ ਦਾ ਮਾਲ ਜੀ ਜੀ ਮਾਸ਼ਾ ਅੱਲਾ ਸੋਨਾ ਰੰਗ ਹੈ ਜੀ 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 ਤੇ ਜਿਹੜੀ ਸੋਹਣੀ ਬੱਕਰੀ ਹੈ ਜਿੰਜੂਨ ਪੰਜੇ ਉਂਗਲਾਂ ਬਰਾਬਰ ਨਹੀਂ ਜੀ ਐ ਤੇ ਗਜਰਾਤ ਦੀ ਨਸਲ ਸੋਹਣੀ ਹੈ ਰੰਗ ਸੋਹਣਾ ਹੈ ਲੇਕਿਨ ਅਦੇ ਵਿੱਚ ਵੀ ਜੇ ਨਹੀਂ ਕੁਝ ਬੱਕਰੀਆਂ ਦੀ ਕੀਮਤ ਜ਼ਿਆਦਾ ਕੁਝ ਦੀ ਘੱਟ ਹੈ ਜਿਹੜੀ ਬੱਕਰੀ ਦੀ ਕੀਮਤ ਜ਼ਿਆਦਾ ਹੈ ਉਹ ਚੰਗੀ ਹੈ ਉਹਦੇ 'ਚ ਕੀ ਚੰਗਾ ਪੰਨੇ ਉਹਦੀਆਂ ਕੋਈ ਨਿਸ਼ਾਨੀਆਂ ਦੱਸੋ ਹਾਂ ਨਿਸ਼ਾਨੀ ਆ ਉਹ ਜਿਹੜੀ ਪਾਈ ਉਹ ਬੱਕਰੀ ਜਿਹੜੀ ਉਹ ਦੇਤਲ ਉਹ ਵੇਦੀ ਦੇਸੀ ਹੋਵੇ ਦੀ ਰੰਗ ਟੰਗ ਉਹਦਾ ਚੰਗਾ ਵੇਦਾ ਬੱਲ ਉਹ ਵੇਦਾ ਸੁ ਸ਼ੇਰੀ ਬੱਲੀ ਹੋਵੇ ਦੀ ਉਸਨਾਂਪ ਕਰਿਆ ਦੀ ਪੂਰਾ ਠੀਕ ਹੈ ਤੇ ਜਿਹੜੇ ਨਵੇਂ ਦੋਸਤਾ ਕੰਮ ਕਰਨਾ ਚਾਹੁੰਦੇ ਨੇ ਫਰਜ਼ ਕੀਤਾ ਅਗਰ ਕੋਈ ਬੰਦਾ ਦਸਾਂ ਬੱਕਰੀਆਂ ਤਾਂ ਕੰਮ ਸ਼ੁਰੂ ਕਰਦਾ ਹੈ ਤੇ ਉਹਦੀ ਜਿਹੜੀ ਬੱਕਰੀਆਂ ਤੋਂ ਆਮਦਨ ਹੈ ਉਹ ਕਿੰਨੀ ਦੇਰ ਬਾਅਦ ਸ਼ੁਰੂ ਹੋਈਏ ਦੀ ਆਮਦਨ ਤੇ ਬੱਕਰੀਆਂ ਤੇ ਜਿਸੇ ਪਹਿਲਾ ਸਾਲ ਤੇ ਜਿਹੜਾ ਨਾ ਉਹਦੇ ਉਹਦੇ ਚੱਟੇ ਹੈ ਦੂਸਰਾ ਚਾਲ ਹੁੰਦੀ ਖਟੇ ਯਾਨੀ 1 ਸਾਲ ਸਬਰ ਕਰਨਾ ਪੇੜਾ ਸਬਰ ਕਰਨਾ ਪੈਂਦਾ ਕਿਉਂ 6 5 ਮਹੀਨੇ ਬਾਅਦ ਹੁੰਦੀ ਹੈ ਉਹ ਫਿਰ ਸਾਲ ਬਾਅਦ ਜਾ ਕੇ ਉਹਦਾ ਨਿਜ਼ਾਮ ਕੰਮ ਚੱਲਦਾ ਰੌਣਕ ਬਣ ਜਾਂਦੀ ਹੈ ਪਿੱਛੇ ਮਾ 10 ਹੋਣ ਦੋ ਦੰਦੀ ਕੋਈ ਤਰੇ ਦੰਦੀ ਕੋਈ ਇੱਕ ਦੰਦੀ ਉਹ ਦਸਾਂ ਤੇ ਵੀ ਉਹ ਬੰਦੇ ਕੋਲ 35 40 ਭਾਰੂ ਹੋ ਜਾਂਦੇ ਨੇ ਠੀਕ ਹੈ ਜੀ ਜਿਹੜਾ ਬੰਦਾ ਦਸਾਂ ਤੋਂ ਕਮ ਸ਼ੁਰੂ ਕਰਦਾ ਫਰਜ਼ ਕੀਤਾ ਕਿ ਅੱਜ ਕੰਮ ਸ਼ੁਰੂ ਕੀਤਾ ਫਿਰ ਮੈਨੂੰ ਜਿਹੜੀ ਬਚਤ ਤੇ 2 ਸਾਲ ਬਾਅਦ ਮੈਂ ਅਦੇ ਤੋਂ ਬਚਤ ਲਵਾ ਦਾ ਉਹ ਜਿਹੜੇ ਸਾਲ ਪਹਿਲਾ ਲੈਣਾ ਨਾ ਉਹ ਦੇ ਦੂਸਰੇ ਸਾਲ ਉਹਦੀ ਬਚਤ ਉਹਦੀ ਨਿਕਲੇ ਅੱਛਾ ਜੀ ਕਿੰਨੀ ਕਿ ਬਚਤ ਨਿਕਲੇਦੀ ਦਸਾਂ ਬਕਰੀਆਂ ਦੀ ਉਹ ਦਸਾਂ ਬਕਰੀਆਂ ਦੀ ਬਚਤ ਉਹਦੀ ਲਾਲਾ ਜੀ ਨਹੀਂ ਕੋਈ ਨਿਕਲ ਆਵੀਦੀ ਭਾਈ ਕਾਲੀ ਤੇ ਗਾਲੇ ਮਾਲ ਥੋੜਾ ਪੂਰੀ ਨਿਕਲੇਦੀ ਜੀ ਮਾਲ ਚੋ ਖਾਵੇ ਤੇ ਬਚਤ ਚੋਕੀ ਨਿਕਲਦੀ ਦਸਾਂ ਤੇ ਹੁਣ ਨਿਕਲੇਦੀ 10 ਨੇ ਤੇ ਦਸਾਂ ਦੇ ਮਾਲ ਹੁਣ ਕੀ ਜਾ ਹੋ ਸਕਦੇ ਤੂੰ ਦੋ ਜੰਦ ਦੇਖੀ ਕਿਦਾਂ ਨਿਕਲ ਕੱਲਾ ਹਾਂ ਜੀ ਜੀ ਦੋੜਾ ਦਾਂਗੇ ਉਹ ਐਸਾ ਹੈ ਠੀਕ ਹੈ ਤੇ ਸਰ ਜਿਹੜੇ ਦੋਸਤਾਂ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਅੱਛਾ ਜਿਹਾ ਮਹੱਲ ਸਮਸ਼ਵਰਾ ਦੇ ਦਿਓ ਉਹਨਾਂ ਨੂੰ ਮਸ਼ਵਰਾ ਭਾਈ ਇਹ ਦੋ ਵਾਈ ਉਹਨਾਂ ਨੂੰ ਕੋਈ ਮਾਲ ਲੰਦੇ ਹੋ ਤੁਸੀਂ ਤੇ ਮਾਲ ਦੀ ਮਿਹਨਤ ਕਰੋ ਅੱਲਾਹ ਪਾਕ ਤੁਹਾਡਾ ਸਾਰਾ ਕਿਸਾਮਨੇ ਆਵੇਗਾ ਜੀ ਜੀ ਠੀਕ ਹੈ ਸਰ ਮਾਸ਼ਾਅੱਲਾ ਤੁਸੀਂ ਕਾਫੀ ਅੱਛੀਆਂ ਗੱਲਾਂ ਦਸੀਆਂ ਨੇ ਮੈਂ ਚਾਹਾਂਦਾ ਕਿ ਇਹ ਜਿਹੜੀਆਂ ਗੁਜਰਾਧੀਆਂ ਨੇ ਤੇ ਚ ਵੀ ਕਿ ਤਿੰਨ ਚਾਰ ਅੱਗੇ ਤੁਹਾਡੇ ਕੋਲ ਕਲਰ ਨੇ ਇਹ ਜਿਹੜਾ ਬਰੀਡਰ ਦਾ ਕਲਰ ਏ ਤੁਸੀਂ ਇਹ ਜਿਹੜਾ ਰੰਗ ਏ ਇਹਨੂੰ ਕੀ ਬੋਲਦੇ ਹੋ ਇਹ ਰੰਗ ਸ਼ੇਰਾਸ਼ੀਨਾ ਬੋਲਨੇ ਆ ਇਹ ਜਿਹੜਾ ਜੀ ਤੇ ਇਹ ਜਿਹੜਾ ਰੰਗ ਹੈ ਇਹ ਕਿਹੜਾ ਹੈ ਇਹ ਇਹ ਡੱਬਾ ਰੰਗ ਹੈ ਇਹ ਜਿਹੜਾ ਜੀ ਇਹ ਡੱਬਾ ਅਭੀ ਸ਼ੇਰਾ ਸ਼ੀਨਾ ਅਭੀ ਸ਼ੇਰਾ ਸ਼ੀਨਾ ਠੀਕ ਹੈ ਮਾਸ਼ਾ ਅੱਲਾਹ ਜੀ ਸੋਹਣੀ ਬੱਕਰੀ ਹੈ ਅਬ ਬਰੀਡਰ ਵੀ ਸਰ ਜਰਾ ਖੜਾ ਕਰੋ ਨਾ ਮਾਸ਼ਾ ਅੱਲਾਹ ਤੇ ਕੋਈ ਰਾਬਤਾ ਨੰਬਰ ਦਵੋ ਤੇ ਅਗਰ ਕੋਈ ਦੋਸਤ ਹੈ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦਾ ਹੈ ਕੰਮਾਈਲ ਨੰਬਰ ਯਾਦ ਹੈ ਕਿ ਤੁਹਾਡੇ ਕੋਲ ਲੈ ਕੇ ਸਕਰੀਨ ਤੇ ਸ਼ੋ ਕਰਦੀ ਹੈ ਬਿਛਾ ਦੋ ਓਏ ਚਲੋ ਸਾਰੇ ਤੁਸੀਂ ਨੰਬਰ ਤੁਹਾਡਾ ਲੈ ਕੇ ਸਕਰੀਨ ਤੇ ਸ਼ੋਅ ਕਰ ਦਿਨੇ ਆ ਜਿਹੜੇ ਦੋਸਤ ਕੋਈ ਮਾਲ ਲੈਣਾ ਚਾਹੁੰਦੇ ਨੇ ਜਾਂ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਉਹ ਅੰਕਲ ਰਾਨਾ ਨਾਲ ਰਾਬਤਾ ਕਰ ਸਕਦੇ ਨੇ ਅੰਕਲ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ ਅੱਲਾਹ